डॉक्टर अमर सिंह आजाद अते होर सेहत माहिरां दे मुताबक सदा तंदरुस्त रहण दे नुक्ते गुरबाणी सेदत खेती दी गल मसले सारे करेगी हल। संपूर्ण खेती पूरन रोजगार जहर युक्त तो जहर मुक्त बल एक सफर फगवाड़ा गुड ग्रो क्रॉपिंग सिस्टम दे सफल खेती मॉडल दे नाल नाल होर सहायक कितियां तो इलावा समाजिक आर्थिक अते राजनैतिक मसलियां नाल संबंधित जानकारी चाहुंदे हो तां तुसी तुहाडा अपना मनुक्ता पक्षी यूट्यूब दरबारे खालसा चैनल सब्सक्राइब करो अते शेयर करके प्रचार विच हिस्सा पाओ। वाहिगुरु जी का खालसा वाहिगुरु जी की फतेह। सो जिस तरह पंजाब दे विच फगवाड़ा गुड ग्रो क्रॉपिंग सिस्टम दे नाल जो अवतार सिंह जी फगवाड़ा उन्होंने ये विधि है जिहड़ी वो तैयार की है ते अपने खेत दे विच लगभग 20-25 साल तो 50 किलों के खेती करते आ रहे हैं तो जिदे नाल जदों असीं उन्हां दे प्रॉपर तरीके दे नाल इह खेती शुरू करते हैं तो जिहड़ी आमदन साडी उह डबल हो सकदी है किसानां दी ते साडी जिहड़ी धरती दे विच्चों यूरिया DAP रसायनक खादां उह बिल्कुल मनफी हो सकदियां ते साडी जिहड़ी खुराक आ उह साडी बहुत वधिया बन सकदी आ। उहनां लीहां ते चलदे होए असीं तुहानूं अज्ज किसानां नूं मिला रहे हां मोगा जिहड़े दा पिंड आ झंडियाणा सरकी उस पिंड दे विच निर्मल सिंह जी खेती कर रहे ने नाल उन्हां दे बेटे ने वह भी अपने पिता जी का साथ दे के खेती दे विच अगे वध रहे आ। सो पिछले साल तुसीं वीडियो देखी होनी अपने दरबार है खालसा यूट्यूब चैनल पर जदों इस खेत दे विच मक्की लाई हुई सी पिछले साल मक्की लाई हुई सी ते मक्की दे विच ही तुसीं देखिया कमाद लग्या होया सी ते उह कमाद आ जिहड़ा पिछले साल गन्ना लाया सी अगस्त दे विच उह अज साल तों उपर दा हो चुक्या गा जिहड़े खेत दे विच असीं देख रहे हां। अज निर्मल सिंह जी ਤੁਸੀਂ ਜੇ ਉਹ ਜਾਣਕਾਰੀ ਕਿ ਪਿਛਲੇ ਸਾਲ ਤੁਸੀਂ ਇਹ ਪੂਰੀ ਇਹਦੀ ਫਸਲ ਦੀ ਆ ਕਿਸਾਨਾਂ ਦੇ ਨਾਲ ਗੱਲ ਆ ਜਿਹੜੀ ਆਪਣੇ ਸਾਂਝੀ ਕਰੋ ਜੀ। ਇਹ ਨਾ ਪਿਛਲੇ ਸਾਲ ਆਪਾਂ ਮੱਕੀ ਬੀਜੀ ਸੀ ਮੱਕੀ 'ਚ ਬਿਲਕੁਲ ਰੇਹ ਨਹੀਂ ਪਾਇਆ ਸੀ ਨਾ ਕੋਈ ਸਪਰੇਅ ਕੀਤੀ ਸੀ। ਇਹ ਪਿਛਲੇ ਸਾਲ ਮਈ ਦੇ ਵਿੱਚ ਇਹਨਾਂ ਨੇ ਇਹ ਜਾਣੀ ਖੇਤ ਦੇ ਵਿੱਚ ਮੱਕੀ ਲਾਈ ਸੀ ਬਿੱਡਾਂ ਤੇ ਤੇ ਕਿੰਨਾ ਬੀਜ ਪਾਇਆ ਸੀ ਜੀ ਉਹਦਾ? ਉਹ ਬੀਜ ਤਾਂ ਕਿਲੋ ਡੇਢ ਕਿਲੋ ਬਾਹੀ ਪਿਆ ਸੀਗਾ ਜੀ। ਹਾਂ ਦੇਖੋ 9-9 ਇੰਚ ਤੇ ਲਾਇਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਕੋਈ ਖਾਦ ਯੂਰੀਆ ਬਿਲਕੁਲ ਨਹੀਂ ਪਾਇਆ ਕੋਈ ਸਪਰੇਅ ਹੋਰ ਰਸਾਇਣਕ ਖਾਦ ਕੁਛ ਨਹੀਂ ਕੁਛ ਨਹੀਂ ਕੀਤਾ ਜਮੇ ਬਿਲਕੁਲ ਔਰਗੈਨਿਕ ਚੱਲ ਰਿਹਾ। ਹਾਂਜੀ ਹਾਂਜੀ ਠੀਕ ਹੈ ਜੀ ਤੇ ਵਿੱਚ ਅਸੀਂ ਮੁੜ ਕੇ ਹਲਦੀ ਲਾਤੀ ਸੀ ਤੇ ਮੱਕੀ ਵਧੀਆ ਰਹੀ ਗਰੋਥ ਉਹਦੀ ਪੂਰੀ ਵਧੀਆ ਜੀ। ਅੱਛਾ ਜੀ ਦੋ ਛੱਲੀਆਂ ਸੀ ਬਹੁਤ ਵੱਡੀਆਂ ਮੈਂ ਇੱਥੋਂ ਵੀ ਉੱਚੀ ਸੀ ਮੱਕੀ। ਅੱਛਾ ਜੀ ਠੀਕ ਹੈ ਜੀ ਤੇ ਬਾਅਦ 'ਚ ਅਸੀਂ ਹਲਦੀ ਬੀਜਤੀ ਹਲਦੀ ਹੁਣ ਥੋੜ੍ਹਾ ਗੰਨੇ ਥੱਲੇ ਨੱਪੀ ਆ ਬਾਕੀ ਜਦੋਂ ਪੱਟਾਂਗੇ ਉਦੋਂ ਪਤਾ ਲੱਗੂ ਕੀ ਝਾੜ ਦਿੰਦੀ। ਅੱਛਾ ਮਈ ਦੇ ਵਿੱਚ ਤੁਸੀਂ ਇਹਦੇ ਵਿੱਚ ਮੱਕੀ ਲਾਤੀ ਸੀ ਉਹਨਾਂ ਬਿੱਡਾਂ ਦੇ ਵਿੱਚ ਹੀ ਅਗਸਤ ਦੇ ਵਿੱਚ ਗੰਨਾ ਲਾਤਾ ਜਾਣੀ ਇਹਦੇ ਤੇ ਲਗਭਗ ਤੁਸੀਂ 1.5 ਸਾਲ ਤੋਂ ਉੱਪਰ ਹੋ ਚੱਲਿਆ ਫਸਲ ਬੀਜਦਿਆਂ ਨੂੰ ਖੇਤ 'ਚ ਟਰੈਕਟਰ ਵੀ ਨਹੀਂ ਵਾੜਨਾ ਪਿਆ। ਬਿਲਕੁਲ ਨਹੀਂ ਵਾੜਿਆ ਜੀ। ਹਾਂ ਮੱਕੀ ਆ ਜਿਹੜੇ ਬੈੱਡ ਸੀਗੇ ਉਹਨਾਂ ਤੇ ਗੰਨਾ ਲਾਤਾ ਉਹਨਾਂ ਤੇ ਲਾਤਾ ਜੀ ਗੰਨਾ ਉਹੀ ਜਿਹੜਾ ਆਪਾਂ ਕਹਿੰਦੇ ਆ ਵੀ 1250 ਟੋਰੀ ਹੈ ਜੀ ਗੰਨੇ ਦੇ ਨਾਲ ਸਰੋਂ ਤੇ ਕਣਕ ਵੀ ਬੀਜੀ ਸੀਗੀ। ਅੱਛਾ ਇਸੇ ਖੇਤ ਦੇ ਵਿੱਚ ਬਾਅਦ ਹਲਦੀ ਬੀਜੇ ਜਦੋਂ ਮੱਕੀ ਨੂੰ ਜਦੋਂ ਆਪਾਂ ਉਹ ਕਣਕ ਵਗੈਰਾ ਛੋਲੇ ਸੀਗੇ ਕਣਕ ਸੀ ਉਹ ਵੱਢ ਲਈ ਉਸ ਤੋਂ ਬਾਅਦ ਜਦੋਂ ਮਿੱਟੀ ਲਾਈ ਸਾਈਡਾਂ ਤੇ ਗੰਨੇ ਨੂੰ ਉਹਦੇ ਵਿਚਾਲੇ ਜਿਹੜੀ ਜਗ੍ਹਾ ਬਚ ਗਈ ਸੀ ਉੱਥੇ ਹਲਦੀ ਲਾਈ ਹੈ। ਅੱਛਾ ਜਾਨੀ ਤੁਸੀਂ ਮੱਕੀ ਲਈ ਪਹਿਲਾਂ ਇਹਦੇ ਵਿੱਚ ਤੋਂ ਬਾਅਦ ਗੰਨਾ ਲਾਇਆ ਗੰਨੇ ਤੋਂ ਬਾਅਦ ਜਦੋਂ ਜਾਨੀ ਮੱਕੀ ਵੱਢ ਲਈ ਉਸ ਤੋਂ ਬਾਅਦ ਇਹ ਚ ਕਣਕ ਤੇ ਛੋਲੇ ਵੀ ਬੀਜੇ ਗਏ। ਅੱਛਾ ਉਸੇ ਖੇਤ ਦੇ ਵਿੱਚ ਹੀ ਕਣਕ ਤੇ ਛੋਲੇ ਤੇ ਸਰੋਂ? ਹਾਂਜੀ ਹਾਂ ਉਹ ਆਪਾਂ ਪਿਛਲੀ ਵਾਰ ਉਹਦੇ ਵਿੱਚ ਹੀ ਕਵਰ ਕੀਤਾ ਸੀ। ਹਾਂਜੀ ਹਾਂਜੀ ਉਸੇ ਖੇਤ ਦੇ ਵਿੱਚ ਹੀ ਜਾਨੀ ਇਹ ਕਿੰਨੀਆਂ ਫਸਲਾਂ ਹੋ ਗਈਆਂ ਜੀ? ਪਹਿਲਾਂ ਮੱਕੀ ਹੋ ਗਈ। ਹਾਂਜੀ ਮੱਕੀ ਤੋਂ ਬਾਅਦ ਗੰਨਾ ਸੀ ਗੰਨੇ ਦੇ ਵਿੱਚ ਹੀ ਜਾਨੀ ਕਣਕ ਤੇ ਆਪਣੀ ਸਰੋਂ ਸੀਗੀ ਛੋਲੇ ਸੀਗੇ। ਹਾਂਜੀ ਇਹ ਚੀਜ਼ਾਂ ਵੱਢਣ ਤੋਂ ਬਾਅਦ ਜਦੋਂ ਉਹਨੂੰ ਮਿੱਟੀ ਲਾਈ ਜਿਹੜਾ ਵਿਚਾਲੜਾ ਬੈੱਡ ਸੀਗਾ ਉਹਨੂੰ ਮਿੱਟੀ ਕਵਰ ਕੀਤੀ ਆ ਥੋੜਾ ਜਿਹੜੀ ਵਿਚਾਲੇ ਥੋੜੀ ਜਿਹੀ ਵੱਟ ਰਹਿ ਗਈ ਸੀ ਉਹਦੇ ਤੇ ਹਲਦੀ ਲੱਗੀ ਵੀ ਹੈ ਜਾਨੀ ਆਪਾਂ ਕਹਿ ਸਕਦੇ ਹਾਂ ਦੇਖ ਕੇ ਜਿਹੜੀ ਆਪਾਂ ਕਮਾਈ ਦੀ ਗੱਲ ਕਰਦੇ ਹਾਂ ਉਹ ਇਹਦੇ ਵਿੱਚ ਤੁਸੀਂ ਪ੍ਰੋਪਰ ਸਿਧਾਂਤ ਉਹ ਲਾਗੂ ਕੀਤਾ ਤੇ ਇਹਦੇ ਵਿੱਚ ਸਾਰੀ ਕੈਲਕੂਲੇਸ਼ਨ ਇਹਨਾਂ ਨੇ ਕੀਤੀ ਨਹੀਂ ਗੀ ਹਨਾ ਉਹ ਕਾਪੀ ਤੇ ਕੀਤੀ ਨਹੀਂ ਗੀ ਤੇ ਇਸ ਕਰਕੇ ਨਹੀਂ ਤਾਂ ਤੁਹਾਨੂੰ ਪ੍ਰੋਪਰ ਕਮਾਈ ਵੀ ਦੱਸਣੀ ਸੀ ਪਰ ਬਚ ਤਾਂ ਆਪਾਂ ਦੇਖ ਲੈਂਦੇ ਹਾਂ। ਇਹਦੇ 'ਚ ਇੱਕ ਚੀਜ਼ ਹੋਰ ਨੋਟ ਕੀਤੀ ਗਈ ਹੈ ਜਿਵੇਂ ਹੁਣ ਅਸੀਂ ਚਲੋ ਮੈਂ ਤਾਂ ਇੱਧਰ ਜ਼ਿਆਦਾ ਧਿਆਨ ਨਹੀਂ ਬਟ ਮੈਂ ਇੱਥੇ ਇੱਕ ਚੀਜ਼ ਇਹ ਨੋਟ ਕੀਤੀ ਜਿਵੇਂ ਕਣਕ ਦਾ ਦਾਣਾ ਦਾਣਾ ਲਾਇਆ ਸੀ ਤੇ ਉਹਦੇ 50-50 ਜਾਣੀ ਉਹਦੀਆਂ ਇੱਦਾਂ ਉਹਦੀਆਂ ਸ਼ਾਖਾਂ ਬਣੀਆਂ ਹੋਈਆਂ ਸੀ ਕਣਕ ਦੇ ਇੱਕ ਦਾਣੇ ਤੋਂ 50-50 ਸ਼ਾਖਾਂ ਜਾਣੀ ਮੈਂ ਆਪ ਗਿਣਤੀ ਕੀਤੀ ਹੈ 70-70 ਵੀ ਸੀਗੀਆਂ ਤੇ ਸਰੋਂ ਦਾ ਜਿਹੜਾ ਦਾਣਾ ਲਾਇਆ ਸੀ ਜਿਹੜਾ ਆਪਾਂ ਕਹਿ ਦਿੰਦੇ 6 ਗ੍ਰਾਮ ਨਾਲ ਕਿੱਲਾ ਲਾਉਂਦੇ ਹਾਂ ਆਪਾਂ ਉਹਦੇ 'ਚ ਵੀ ਸਰੋਂ ਦਾ ਵੀ ਜਾਣੀ ਐਡਾ ਜਾਲ ਵੱਜ ਗਿਆ ਸੀਗਾ ਉਹ ਇੱਕ ਇੱਕ ਦਾਣੇ ਨਾਲ ਵੀ। ਅੱਛਾ ਜੀ ਅੱਛਾ ਜੇ ਆਪਾਂ ਨਾਰਮਲ ਉਦੋਂ ਲਾਉਂਦੇ ਹਾਂ ਤਾਂ ਉਹ ਸਰੋਂ ਇੰਨੀ ਨਹੀਂ ਮਿਲਦੀ ਠੀਕ ਹੈ ਜੀ ਕਿਉਂਕਿ ਉਹਨੂੰ ਕਵਰ ਮਿਲਦੀ ਨਹੀਂ ਇੰਨੀ ਤਾਕਤ ਨਹੀਂ ਮਿਲਦੀ। ਸੋ ਸੰਤੁਸ਼ਟ ਆ ਜੀ ਤੁਸੀਂ ਮਾਡਲ ਤੋਂ? ਨਹੀਂ ਚੀਜ਼ ਬਹੁਤ ਵਧੀਆ ਵਾ ਤੇ ਥੋੜੀ ਜਿਹੀ ਮਿਹਨਤ ਜ਼ਿਆਦਾ। ਹਾਂ ਮੈਂ ਕਿਉਂਕਿ ਸਾਡੇ ਖੇਤਾਂ 'ਚ ਥੋੜਾ ਨਦੀਨ ਜ਼ਿਆਦਾ ਵਾ ਤੇ ਨਦੀਨ ਦਾ ਕਰਕੇ ਫਿਰ ਉਹਦੇ ਲਈ ਲੇਬਰ ਜ਼ਿਆਦਾ ਪੈਂਦਾ। ਹਾਂ ਜੇ ਤੁਸੀਂ ਜਾਣੀ ਆਪਾਂ ਬਿਲਕੁਲ ਔਰਗੈਨਿਕ ਨਹੀਂ ਕਰਨਾ ਜੇ ਥੋੜੀ ਬਹੁਤੀ ਸਪਰੇਅ ਵੀ ਉਹਦੇ ਵਾਲੀ ਕਰ ਲਈ ਜਾਵੇ ਜੇ ਕਿਸਾਨਾਂ ਨੇ ਜਾਣੇ ਵੱਡੀ ਖੇਤੀ ਕਰਨੀ ਆ। ਵੈਸੇ ਲੋੜ ਨਹੀਂ ਪੈਂਦੀ ਜੇ ਪਰ ਨਦੀਨ ਤੋਂ ਕਰਨੀ ਪੈਂਦੀ। ਹਾਂ ਨਦੀਨ ਨਾਲ ਕੋਈ ਜ਼ਰੂਰਤ ਨਹੀਂ ਦੂਜੀ ਸਪਰੇਅ ਨਹੀਂ ਇਕੱਲੀ ਨਦੀਨ ਨਾਲ। ਹਾਂਜੀ
ਵੀ ਜੇ ਆਪਾਂ ਤੋਂ ਨਹੀਂ ਕੰਟਰੋਲ ਹੁੰਦਾ ਤਾਂ ਨਦੀਨ ਨੂੰ ਕੰਟਰੋਲ ਕਰਨ ਵਾਸਤੇ ਉਹ ਥੋੜ੍ਹੀ ਬਹੁਤ ਬਹੁਤ ਥੋੜ੍ਹੀ ਸਪਰੇਅ ਆ ਜਿਹੜੀ ਉਹ ਜਿਵੇਂ ਅਵਤਾਰ ਸਿੰਘ ਜੀ ਦੱਸਦੇ ਆ ਜਿਹੜੇ ਵੀਰ ਗੁੱਡ ਕੇ ਕਰ ਲੈਂਦੇ ਆ ਉਹ ਬਹੁਤ ਵਧੀਆ ਉਹਦੇ ਨਾਲ ਤਾਂ ਜਿੰਨੀ ਗੋਡੀ ਉੰਨੀ ਡੋਡੀ ਉਹਦੇ ਨਾਲ ਦੀ ਕੋਈ ਰੀਸ ਯਾਨੀ ਤੁਸੀਂ ਇਹ ਫਸਲਾਂ ਇਹ 'ਚ ਹੁਣ ਤੱਕ ਲੈ ਚੁੱਕੇ ਹੋ ਪਹਿਲਾਂ ਅਤੇ ਹੁਣ ਯਾਨੀ ਕਮਾਲ ਆਪਾਂ ਕੱਢ ਕੇ ਗੁੜ ਬਣਾਉਣਾ ਮੈਂ ਅਮਰ ਸਿੰਘ ਜੀ ਹਾਂਜੀ ਹਾਂਜੀ ਗੁੜ ਬਣਾਉਣਾ ਅੱਛਾ ਗੁੜ ਬਣਾ ਕੇ ਫਿਰ ਗੁੜ ਵੇਚਣਾ ਠੀਕ ਹੈ ਜੀ ਗੁੜ ਹੀ ਵੇਚਣਾ ਇਹ ਵੀ ਬਹੁਤ ਵਧੀਆ ਪ੍ਰੋਸੈਸਿੰਗ ਕਰਕੇ ਆ ਵੇਚਣਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਰਹੂਗਾ ਅਤੇ ਨਮਨ ਸਿੰਘ ਜੀ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਜੀ 9974 9131 ਅਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਕਿਸਾਨ ਵੀਰੋ ਸੋ ਇਸ ਖੇਤ ਦੇ ਵਿੱਚ ਪਿਛਲੇ 1.5 ਸਾਲ ਤੋਂ ਕੋਈ ਯੂਰੀਆ ਕੋਈ DAP ਕੋਈ ਰਸਾਇਣਕ ਖਾਦ ਕੋਈ ਸਪਰੇ ਕੁਝ ਵੀ ਨਹੀਂ ਕੀਤਾ ਹੋਇਆ ਅਤੇ ਜੇ ਤੁਸੀਂ ਗੁੜ ਵੀ ਲੈਣਾ ਚਾਹੋਗੇ ਤਾਂ ਨਿਰਮਲ ਸਿੰਘ ਜੀ ਨਾਲ ਇਸ ਨੰਬਰ 'ਤੇ ਸੰਪਰਕ ਕਰ ਲਿਓ ਆਪਣਾ ਗੁੜ ਬੁੱਕ ਕਰਾ ਦਿਓ ਬਿਲਕੁਲ ਔਰਗੈਨਿਕ ਗੁੜ ਆ ਤੁਹਾਨੂੰ ਇਹਨਾਂ ਦੇ ਖੇਤ ਦਾ ਜਿਹੜਾ ਫਵਾੜਾ ਮਾਡਲ ਦੇ ਨਾਲ ਤਿਆਰ ਗੰਨੇ ਦੇ ਵਿੱਚੋਂ ਗੁੜ ਬਹੁਤ ਵਧੀਆ ਸਿਹਤ ਵਾਸਤੇ ਸਾਡੇ ਇੱਥੋਂ ਤੁਹਾਨੂੰ ਮਿਲੂਗਾ ਇਹਨਾਂ ਨਾਲ ਸੰਪਰਕ ਕਰਕੇ ਬੁੱਕ ਕਰਵਾ ਸਕਦੇ ਹੋ ਅਤੇ ਇੱਧਰ ਇਹ ਕੀ ਲਾਇਆ ਹੋਇਆ ਜੀ ਇਹ ਛੋਲੇ ਅੱਛਾ ਜੀ ਮਟਰ ਅੱਛਾ ਜੀ ਇਹ ਛੋਲੇ ਕਣਕ ਮਟਰ ਇਹ ਕਿੰਨੀ ਜਗ੍ਹਾ ਜੀ ਇਹ ਤਕਰੀਬਨ ਹੋਊਗਾ ਅੱਧੇ ਕਿੱਲੇ ਤੋਂ ਉੱਪਰ ਅੱਛਾ ਅੱਧੇ ਕਿੱਲੇ ਤੋਂ ਉੱਪਰ ਆ ਜੀ ਇਹ ਛੋਲੇ ਤੁਸੀਂ ਦੇਖ ਸਕਦੇ ਆ ਨਮਨ ਸਿੰਘ ਦਿਖਾਓ ਕਿਸਾਨ ਵੀਰਾਂ ਨੂੰ ਆ ਇੱਕ ਇੱਕ ਦਾਣੇ ਤੋਂ ਇਹ 9 ਇੰਚ ਤੇ ਆ ਜੀ ਕਣਕ ਹਾਂ ਜੀ ਇਹ ਬੱਚਾ ਦੂਜੀ ਲਾਈ ਸੀ ਰਹੇ ਮੁੰਨੀ ਨੇ ਅੱਛਾ ਜੀ ਇਹਨਾਂ ਨੇ ਬੀਜ ਉਦੋਂ ਦਿੱਤੀ ਉਂਜ ਹਾਂ ਜੀ ਮੁੰਨੀ ਨੇ ਬੀਜਤੀ ਸੀ ਅੱਛਾ ਜੀ ਵੈਸੇ ਆਪ ਲਈ ਬੀਜੀ ਸੀ ਮੈਂ ਥੋੜਾ ਦਾਣਾ ਕਿਤੇ ਰਹਿ ਵੀ ਗਿਆ ਜਿਵੇਂ ਬੈਲਾ ਹੋ ਗਿਆ ਇਹ ਠੀਕ ਹੈ ਆਪਾਂ ਹੱਥ ਨਾਲ ਲਾ ਕੇ ਵਧੀਆ ਲੱਗਦੀ ਹੈ ਫਿਰ ਉਹ ਪੂਰਾ ਦਾਣਾ ਹਰਾ ਹੋ ਜਾਂਦਾ ਹਾਂਜੀ ਹਾਂਜੀ ਕਿਉਂਕਿ ਕਈ ਵਾਰੀ ਬੀਜ ਸੜਦਾ ਤਾਂ ਰੁਕ ਜਾਂਦਾ ਇਹ ਛੋਲੇ ਆ ਜੀ ਇਹ ਛੋਲੇ ਠੀਕ ਹੈ ਜੀ ਆ ਆ ਦਿਖਾਇਓ ਆਪਣੇ ਜਸੀਰ ਆ ਦਿਖਾ ਦਿਓ ਇਹਦਾ ਪੂਰਾ ਛੋਲਿਆਂ ਦਾ ਛੋਲੇ ਹੀ ਬਹੁਤ ਵਧੀਆ ਖੜੇ ਆ ਕਣਕ ਵੀ ਵਧੀਆ ਖੜੀ ਆ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਉੱਧਰ ਆਪਣਾ ਬਾਗ ਲਾਇਆ ਹੋਇਆ ਆਪਾਂ ਅੱਛਾ ਜੀ ਅੱਗੇ ਅੱਛਾ ਉਹ ਬਾਗ ਉਹਦੇ ਆਪਾਂ ਪਿਛਲੇ ਸਾਲ ਲਾਏ ਹੋਏ ਸੀ ਬੂਟੇ ਸ਼ਾਇਦ ਸਾਲ ਵੀ ਲਾਏ ਹੋਏ ਆ ਹਾਂਜੀ ਸੋ ਆਪਣੇ ਖੇਤ ਦੇ ਵਿੱਚ ਹੀ ਟੋਟਲ ਕਿੰਨੀ ਜ਼ਮੀਨਾਂ ਨੰਬਰ ਸਹੀ ਤੁਹਾਡੇ ਕੋਲ ਕੋਈ ਇੱਥੇ 4 ਕਿੱਲੇ ਜੀ ਉੱਥੇ ਮੇਰੇ ਮਾਮਲੇ ਤੇ 3.5 ਕਿੱਲੇ ਲੈ ਕੇ ਅੱਛਾ ਜੀ ਜੀਤਵਾਲ ਜਿਹੜਾ ਵਿੱਚ ਆ ਜੀਤਵਾਲ ਮਾਮਲੇ ਤੇ ਲੈ ਕੇ ਇੱਥੇ 4 ਕਿੱਲੇ ਆ ਇਹ 4 ਕਿੱਲੇ ਦੇ ਵਿੱਚ ਤੁਸੀਂ ਪੂਰਾ ਮਾਡਲ ਲਾ ਦਿੱਤੇ ਆ ਪੂਰਾ ਜੀ ਸਾਰੇ ਖੇਤ ਦੇ ਵਿੱਚ ਹੀ ਸੋ ਇਹਨਾਂ ਨੇ ਆਪਣੇ ਖੇਤ ਦੇ 4 ਕਿੱਲੇ ਜਿਹੜੇ ਇਹ ਮਾਡਲ ਲਾਇਆ ਹੋਇਆ ਇਹ ਵਿੱਚ ਗੰਨਾ ਵੀ ਲਾਤਾ ਜੀ ਹੁਣ ਹਾਂਜੀ ਹਾਂਜੀ ਗੰਨਾ ਲਾਇਆ ਹੋਇਆ ਦੇਖ ਹੁਣ ਕਣਕ ਛੋਲੇ ਵੀ ਚੱਲ ਰਹੇ ਆ ਗੰਨੇ ਦੇ ਵਿੱਚ ਹੀ ਇਹ ਨਾਲ ਗੰਨਾ ਵੀ ਆ ਜਿਹੜਾ 4-4 ਫੁੱਟ ਦੇ ਲੱਗਿਆ ਹੋਇਆ ਜਿਹੜਾ ਕਿ ਹੁੰਦਾ ਆਉਂਦਾਗਾ ਇਹ ਕਦੋਂ ਲਾਇਆ ਜੀ ਗੰਨਾ ਇਹ ਗੰਨਾ ਅਗਸਤ 'ਚ ਲਾਇਆ ਅਗਸਤ 'ਚ ਲਾਇਆ ਜੀ ਇਹ ਕਿਹੜਾ ਵੀ ਹੈ ਜੀ ਇਹ ਆਪਣਾ ਹੀ ਆ ਹੋਈ 92 ਅੱਛਾ ਇੱਦਾਂ ਥੋੜ੍ਹਾ ਜਿਹਾ ਲਾਇਆ ਹੋਇਆ 94 ਲਾਇਆ ਉਹ ਲਿਆਇਆ ਜੀ ਅਵਤਾਰ ਸਿੰਘ ਤੋਂ ਠੀਕ ਹੈ ਜੀ ਅੱਜ ਤੋਂ ਪਰੇ ਨੂੰ ਉਹ ਲਾਇਆ ਹਾਂਜੀ ਆ ਸਰੋਂ ਵੀ ਵਿੱਚ ਹੋਈ ਵੀ ਆ ਇੱਕ ਮਾਣਾ ਦਾਣਾ ਕਿਤੇ ਡਿੱਗ ਪਿਆ ਹੋਊ ਇਹ ਤਾਂ ਆਪ ਹੀ ਸਰਾ ਹੋਇਆ ਜੀ ਠੀਕ ਹੈ ਪੱਟਿਆ ਨਹੀਂ ਮੈਂ ਕਿਹਾ ਚਲੋ ਜਿਹੜਾ ਹੋਊ ਉਹ ਹੀ ਪੈਦਾ ਹੀ ਹੈ ਹਾਂਜੀ ਆ ਆਪਾਂ ਪਾਲਕ ਬੀਜੀ ਇਹਦੇ ਵਿੱਚ ਆ ਪਾਲਕ ਲਾਈ ਹੋਈ ਆ ਇਹ ਆਪਣਾ ਹੈਗੇ ਇੱਥੇ ਬੂਟੇ ਮੇਥੀ ਮਤਾਂ ਤੇ ਵਰਤਾਂ ਦੇ ਮੇਥੀ ਦਾ ਹਾਂਜੀ ਇਹ ਸਰੋਂ ਜੀ ਹੋਰ ਗਿਆ ਵੀ ਤਾਂ ਅੱਛਾ ਜੀ ਇੱਦਾਂ ਤਾਂ ਵਿਹਲੇ ਸੀਗੇ ਮੈਂ ਕਿਹਾ ਚਲੋ ਮੈਂ ਤਾਂ ਮੱਖੀਆਂ ਰੱਖਿਆ ਮੱਖੀਆਂ ਵਾਸਤੇ ਖਰਾਕ ਅੱਛਾ ਇੱਥੇ ਮੱਖੀਆਂ ਦੇ ਬਕਸੇ ਵੀ ਰੱਖੇ ਹੋਏ ਆ ਰੱਖੇ ਹੋਏ ਉੱਥੇ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਇਹ ਤੋਰੀਆ ਹੋ ਗਿਆ ਹਾਂਜੀ ਆਹ ਬੂਟੇ ਆ ਗਏ ਆਪਣੇ ਇਹ ਬੂਟੇ ਕਿੰਨੇ ਤਰ੍ਹਾਂ ਦੇ ਜੀ ਬਾਗ ਦੇ ਤੁਹਾਡੇ ਹੋਣਗੇ ਤਕਰੀਬਨ 10 ਤਰ੍ਹਾਂ ਦੇ ਤਾਂ ਹੈਗੇ ਆ ਅੱਛਾ ਜੀ ਇਹ ਕਿੰਨੇ ਬੂਟੇ ਹੋਣਗੇ ਜੀ ਗਿਣੇ ਆ ਕਿੰਨੇ ਹੀ ਗਿਣਤੀ ਕਰੀ ਕਿੰਨੇ ਸੀ ਆਪਣੇ 20 ਫੁੱਟ ਤੇ ਲੈ ਕੇ 10 ਦਾ 20 30 ਤਾਂ ਹੈਗੇ ਆ ਘੱਟੋ ਇਹ ਕਿੱਥੋਂ ਲਿਆ ਸੀ ਤੁਸੀਂ ਇਹ ਆਪਾਂ ਉਥੋਂ ਪਹੀੜ ਤੋਂ ਪਹੀੜ ਤੋਂ ਜਗਦੇਵ ਸਿੰਘ ਸਮਰਾ ਜੀ ਜੋ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਲਿਆ ਕੇ ਇਹਨਾਂ ਨੇ ਜਿਹੜੇ ਬੂਟੇ ਆ ਆ ਜਗਸੀਰ ਦਿਖਾ ਆ ਪਿੱਛੇ ਨੂੰ ਆ ਸਾਰੇ ਇਹ ਲੱਗੇ ਹੋਏ ਨੇ ਇਹਨਾਂ ਦੇ ਜਿਹੜੇ ਹੈਗੇ ਆ ਬੱਚੇ ਲਸਣ ਵੀ ਤਾਂ ਦਿੱਲਾ ਥਾਂ ਕਰਕੇ ਇੱਥੇ ਆ ਵੇਚੀ ਬਾਗ ਦੇ ਜਾਨੀ ਆਪਣੇ ਘਰ ਵਾਸਤੇ ਜਿਹੜੇ ਆਪਾਂ ਫਲਾਂ ਦੀ ਗੱਲ ਕਰਦੇ ਆ ਫਲ ਵੀ ਨਾਲ ਹੀ ਤਿਆਰ ਕਰ ਰਹੇ ਨੇ ਸਬਜ਼ੀਆਂ ਵੀ ਖੇਤ ਦੇ ਵਿੱਚੋਂ ਹੀ ਖਾ ਰਹੇ ਨੇ ਤੇ ਸਾਰਾ ਜਿਹੜਾ ਖੇਤਾਂ ਦੇ ਵਿੱਚ ਆਪਦੇ ਘਰ ਜਾਊਗਾ ਆਪਣੇ ਇੱਥੇ ਬਣ ਰਿਹਾਗਾ ਇਸ ਤਰ੍ਹਾਂ ਨਿਰਮਲ ਸਿੰਘ ਜੀ ਆ ਜਿਹੜੇ ਆਪਣੇ ਖੇਤ ਦੇ ਵਿੱਚ ਇਹ ਮਾਡਲ ਲਾਗੂ ਕੀਤਾ ਹੋਇਆ ਸੋ ਜਿਹੜੇ ਕਿਸਾਨ ਵੀਰ ਆ ਇਹਨਾਂ ਨੂੰ ਮਿਲਣਾ ਚਾਹੁੰਦੇ ਉਹਨਾਂ ਨੂੰ ਮੋਗੇ ਪਿੰਡ ਦਾ ਮੋਗੇ ਜਿਹੜੇ ਦਾ ਪਿੰਡ ਆਪਾਂ ਝੰਡਿਆਣਾ ਸਰਕੀ ਇੱਥੇ ਇਹਨਾਂ ਨੂੰ ਆ ਕੇ ਮਿਲ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।